ਤਰਨਤਾਰਨ ਪੁਲਿਸ ਨੇ 16 ਮੈਂਬਰੀ ਗੋਦਾਮ ਲੁਟੇਰਾ ਗਰੋਹ ਦਾ ਪਰਦਾਫਾਸ਼ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਗਰੋਹ ਦੇ 7 ਮੈਂਬਰਾਂ ਨੂੰ ਬੀਤੀ ਰਾਤ 2 ਟਰੱਕਾਂ ਵਿੱਚ ਅੰਮ੍ਰਿਤਸਰ ਦੇ ਗੋਦਾਮਾਂ ਵਿੱਚ ਲੁੱਟ ਕੇ ਲੈ ਕੇ ਜਾ ਰਹੀ 883 ਬੋਰੀ ਕਣਕ ਸਮੇਤ ਗ੍ਰਿਫਤਾਰ ਕੀਤਾ ਹੈ। ਗਰੋਹ ਦੇ ਬਾਕੀ ਮੈਂਬਰ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋਣ ਚ ਸਫਲ ਹੋ ਗਏ। ਉਧਰ ਮੁੱਢਲੀ ਪੁੱਛਤਾਛ ਦੌਰਾਨ ਪਤਾ ਚੱਲਿਆ ਕਿ ਗਰੋਹ ਦੇ ਮੈਂਬਰ ਪੰਜਾਬ ਭਰ ਵਿੱਚ ਅਨਾਜ ਅਤੇ ਖੰਡ ਦੇ ਗੋਦਾਮਾਂ ਨੂੰ ਰਾਤ ਦੇ ਸਮੇਂ ਨਿਸ਼ਾਨਾ ਬਣਾ ਕੇ ਉੱਥੇ ਤੈਨਾਤ ਚੌਂਕੀਦਾਰਾਂ ਨੂੰ ਹਥਿਆਰਾਂ ਦੀ ਨੋਕ ਤੇ ਬੰਦਕ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SSP ਤਰਨਤਾਰਨ ਦਰਸ਼ਨ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਗਰੋਹ ਦੇ ਲੋਕ ਦਿਨ ਦੇ ਸਮੇਂ ਗੋਦਾਮਾਂ ਦੀ ਰੇਖੀ ਕਰਦੇ ਸਨ ਅਤੇ ਰਾਤ ਨੂੰ ਟਰੱਕ ਵਿੱਚ ਸਵਾਰ ਹੋ ਕੇ ਗੋਦਾਮਾਂ ਦੇ ਅੰਦਰ ਕੰਧਾਂ ਟੱਪ ਕੇ ਦਾਖਲ ਹੋ ਜਾਂਦੇ ਸਨ ਅਤੇ ਲੁੱਟਤੀ ਵਾਰਦਾਤ ਅੰਜਾਮ ਦੇ ਦਿੰਦੇ ਸਨ। ਉਹਨਾਂ ਦੱਸਿਆ ਕਿ ਮੁੱਢਲੀ ਪੁੱਛਤਾਛ ਦੌਰਾਨ 25 ਵਾਰਦਾਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਕੀ ਰਿਮਾਂਡ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਹਨਾਂ ਨੇ ਪਰਸੋਂ 21-22 ਤਰੀਕ ਨੂੰ 6-8 ਜਿਹੜਾ ਪੈਂਦਾ ਅੰਮ੍ਰਿਤਸਰ ਕਮਿਸ਼ਨਰੇਟ, ਉੱਥੋਂ 2 ਟਰੱਕ ਲੁੱਟੇ ਸੀ FSI ਦੇ ਗਡਾਊਨ 'ਚੋਂ, ਸੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੋਂ। ਉੱਥੇ ਪਰਚਾ ਦਰਜ ਹੋਇਆ ਕਮਿਸ਼ਨਰੇਟ। ਉਸ ਤੋਂ ਪਹਿਲਾਂ 15-16 ਦੀ ਰਾਤ ਨੂੰ ਇਹਨਾਂ ਨੇ ਬੱਲਾ ਪਿੰਡ ਪੈਂਦਾ, ਉਹ ਵੀ ਕਮਿਸ਼ਨਰੇਟ 'ਚ ਪੈਂਦਾ, ਉੱਥੋਂ ਇੱਕ ਟਰੱਕ ਲੁੱਟਿਆ ਸੀ। ਉਹ ਟਰੱਕ ਜਿਹੜੇ ਨੇ ਉਹ ਦੋਵੇਂ ਬਰਾਮਦ ਹੋ ਗਏ, ਪੂਰਾ ਸਮਾਲ ਜਿਹੜਾ ਸੀ ਭਰਿਆ ਭਰਾਇਆ ਸਮੇਤ ਟਰੱਕ ਉਹ ਬਰਾਮਦ ਹੋ ਗਿਆ ਇਹਨਾਂ ਤੋਂ। ਇਸ ਤੋਂ ਇਲਾਵਾ ਤਕਰੀਬਨ ਇਹ 25 ਵਾਰਦਾਤਾਂ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ 'ਚ ਇਹਨਾਂ ਨੇ ਜਿਹੜੀਆਂ ਕੀਤੀਆਂ ਨੇ ਉਹ ਵੀ ਇਹ ਮੰਨ ਗਏ ਨੇ ਅਤੇ ਅੱਗੇ ਹਜੇ ਇਨਵੈਸਟੀਗੇਸ਼ਨ ਇਹ ਕਿਉਂਕਿ ਇਕੱਲੇ ਫੜੇ ਨੇ, ਰਾਤੇ ਫੜੇ ਨੇ ਅਤੇ ਇਹ ਚੱਲ ਰਹੀ ਹੈ। ਇਹ ਤੋਂ ਹੋਰ ਵੀ ਬਹੁਤ ਕੁਛ ਨਿਕਲੂਗਾ। ਇਹ 7 ਬੰਦੇ ਫੜੇ ਗਏ ਨੇ, ਇਹ 16 ਬੰਦਿਆਂ ਦਾ ਟੋਟਲ ਗੈਂਗ ਹੈ। ਉਹ ਹੁਣ ਅਸੀਂ ਇਹਨਾਂ ਨੂੰ ਇੰਟਰੋਗੇਸ਼ਨ ਕਰਾਂਗੇ ਅਤੇ ਜੋ ਵੀ ਮਿਲਦਾ ਫਿਰ ਤੁਹਾਨੂੰ ਦੱਸਦੇ। ਇਹ ਇਕੱਠੇ ਜਾਂਦੇ ਸੀ ਟਰੱਕਾਂ 'ਚ ਬੈਠ ਕੇ ਅਤੇ ਇੱਕ ਤੋਂ ਤੇ ਮੋਟਰਸਾਈਕਲ ਖੜ੍ਹੇ ਕਰ ਦਿੰਦੇ ਸੀ, ਉਦੋਂ ਬਾਅਦ ਟਰੱਕ 'ਚ ਇਕੱਠੇ ਹੋ ਕੇ ਜਾਂਦੇ ਸੀ ਅਤੇ ਜਾ ਕੇ ਇਹ ਕੰਧਾਂ ਟੱਪ ਕੇ ਚੌਂਕੀਦਾਰਾਂ ਨੂੰ ਕਾਬੂ ਕਰ ਲੈਂਦੇ ਸੀ ਅਤੇ ਕਿਰਪਾਨਾਂ ਵਗੈਰਾ ਜੋ ਵੀ ਹਥਿਆਰ ਦਿਖਾ ਕੇ ਇਹਨਾਂ ਤੋਂ ਉਹ ਇਹ ਲੁੱਟ ਲੈਂਦੇ ਸੀ। ਇਹ ਮਾਲ ਇਨਵੈਸਟੀਗੇਸ਼ਨ ਦਾ ਮੈਟਰ ਹੈ, ਸਾਨੂੰ ਪਤਾ ਲੱਗ ਗਿਆ ਕਿੱਥੇ ਵੇਚਦੇ, ਛੇਤੀ ਉਹਨੂੰ ਵੀ ਅਰੈਸਟ ਕਰ ਲਾਂ। ਜਾਗਤੀ ਲਾਲੀ ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।